ਈਵਨ ਪੰਜਾਬੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਤੇ ਲੈ ਕੇ ਹਾਜ਼ਰ ਹਾਂ ਜੀ ਖਰੀਆਂ ਖਰੀਆਂ। ਦੋਸਤੋ, ਅੱਜ ਖਰੀਆਂ ਖਰੀਆਂ ਵਿੱਚ ਗੱਲ ਕਰਦੇ ਹਾਂ ਵਾਇਰਲ ਵੀਡੀਓਜ਼ ਦੀ। ਤੁਹਾਨੂੰ ਇੱਕ ਵਾਇਰਲ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਕਿ ਕੁਝ ਪੁਲਿਸ ਮੁਲਾਜ਼ਮ ਔਰਤਾਂ ਦੇ ਨਾਲ ਵਰਦੀ ਪਾ ਕੇ ਡਾਂਸ ਕਰ ਰਹੇ ਨੇ। ਇੱਥੇ ਡਾਂਸ ਕਰਨਾ ਕੋਈ ਦੋਸਤੋ ਮਾੜੀ ਗੱਲ ਨਹੀਂ ਹੈ, ਪਰ ਵਰਦੀ ਦੇ ਵਿੱਚ ਡਾਂਸ ਕਿਤੇ ਨਾ ਕਿਤੇ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਾ। ਅਤੇ ਜਾਣਕਾਰੀ ਮੁਤਾਬਿਕ ਇਹ ਜਿਹੜੇ ਮੁਲਾਜ਼ਮ ਤੁਹਾਨੂੰ ਦਿਖ ਰਹੇ ਵੀਡੀਓ ਦੇ ਵਿੱਚ, ਇਹ RTO ਦਫ਼ਤਰ ਦੱਸੇ ਜਾ ਰਹੇ ਨੇ। ਦੇਖੋ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਤੁਸੀਂ ਇਹ ਵੀਡੀਓ। ਸੋ ਦੋਸਤੋ, ਤੁਸੀਂ ਵੀ ਦੇਖਿਆ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਵਰਦੀ ਦੇ ਵਿੱਚ ਹੀ ਲੱਗੇ ਹੋਏ ਨੇ ਡਾਂਸ ਕਰਨ। ਕਈ ਫਿਲਮੀ ਗਾਣੇ 'ਤੇ ਉਹ ਡਾਂਸ ਕਰ ਰਹੇ ਨੇ ਔਰਤਾਂ ਦੇ ਨਾਲ ਸ਼ਰੇਆਮ ਹੀ। ਹਾਲਾਂਕਿ ਜਿਹੜੇ ਸੂਤਰਾਂ ਜਾਣਕਾਰੀ ਹੈ ਉਹਦੇ ਮੁਤਾਬਿਕ ਇਹ RTO ਦਫ਼ਤਰ ਦੇ ਮੁਲਾਜ਼ਮ ਦੱਸੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਵਰਦੀ ਪਾ ਕੇ ਡਾਂਸ ਕਰਨਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਖੜਾ ਕਰਦਾ ਹੈ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ? ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਂ ਅਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਈਵਨ ਪੰਜਾਬੀ TV, ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।